ਬਹੁਤ ਜਮਾਲਾ ਤੇ ਕਮਾਲਾ ਬਹੁਤ ਥਿਵੇ ਥਾਰਾ ਮਪਾਲਾ ਉਹ ਕੋਈ ਨਵੀਂ ਤਾਜ਼ੀ ਸੁਣਾ ਦੇ ਬੋ ਕੋਈ ਨਹੀਂ ਹਾਂ ਕੋਈ ਨਹੀਂ ਅੱਜ ਪੀਰ ਪੀਆ ਕੀ ਮਾਸੂ ਸੁਣਾ ਦੇ ਬੋ ਕਾਈ ਬੋਰੋਂ ਦੇ ਪਾਜ ਮੁਰੀ ਛੁਰੀ ਕੋਈ ਨਹੀਂ ਆਏ ਕੋਈ ਨਹੀਂ ਜੀ ਕੋ ਗਾਣਾ ਸ਼ਾਣਾ ਸੁਣਾ ਦੇ ਹੋ ਤੁਸੀਂ ਗਾਣੇ ਸੁਣਦੇ ਹੋ ਹਾਂ ਫੁੱਲ ਐਚ ਡੀ ਪੀਰ ਹੈ ਫੁੱਲ ਐਚ ਡੀ ਚਲੋ ਬਾਤਾਂ ਮੈਂ ਤੁਹਾਨੂੰ ਗਾਣਾ ਸੁਣਾਉਂਦਾ ਤੁਹਾਡਾ ਦਿਲ ਖੁਸ਼ ਕੀ ਸੀ ਅੱਛਾ ਬੱਚਾ ਸੁਣਾ ਬਾਬਾ ਬਾਬਾ ਤੁਹਾਨੂੰ ਰੰਗ ਦੇਸੀ ਇਨਸ਼ਾਅੱਲਾ ਬਾਬਾ ਬੰਦਾ ਇਹਦੇ ਦੂਰੋਂ ਪੜ੍ਹਨ ਜੋ ਆਵੇ ਅਗੁਸਤਾਦ ਮੁਨੀਰ ਰਿਆਜ਼ੀ ਪੜਾਵੇ ਇੰਗਲਿਸ਼ ਦੀ ਸਮਝ ਨਾ ਆਵੇ ਮੈਂ ਇੱਕ ਦੇ ਘਰ ਬੈਠਾ ਬਾਬੇ ਜੀ ਹੋਰੀ ਖਾਰ ਕੇ ਜਾਣ ਜਵਾਨੀ ਦਾ ਵੇਲਾ ਬਾਬੇ ਦਾ ਬਾਬਿਆ ਭਾਈ ਤੇ ਕਿਤਾਬ ਚਾ ਉਸਨੂੰ ਪਤਾ ਲੱਗ ਗਿਆ ਬਾਈ ਇਹ ਜਲਦੀ ਚ ਨਾ ਮੇਰੇ ਡੇਟ ਤੇ ਨਾ ਉਸ ਆਖਿਆ ਪੁੱਤਰ ਮੈਂ ਜੀ ਅਬੋ ਜਾਣੇ ਕਾਸ਼ ਆਉਂਦੀ ਆਈ ਮੈਂ ਅੱਬਾ ਜੀ ਸੁਣ ਕਿਨੂੰ ਸੁਣਨ ਲੱਗਾ ਤਾਂ ਮੈਂ ਬਾਬਾ ਜੀ ਇੱਕ ਮਿੰਟ ਰੁਕਿਆ ਹੈ ਬਾਤ ਕਿਉਂ ਹੋਇਆ ਮੈਂ ਬਾਬਾ ਜੀ ਉਸਤਾਦ ਮਜ਼ਹਰ ਸਾਹਿਬ ਸੇ ਨਾ ਕਹਾ ਬਈ ਹਾਲੇ ਸਵਾਲ ਨਹੀਂ ਕਰਨੇ ਆਖਰੀ ਰਿਆਜ਼ ਕਰਨੇ ਸਵਾਲ ਮੈਂ ਨਹੀਂ ਆਦੇ ਕਾਸ਼ਾ ਬਈ ਸੁਣ ਜਿਨੂੰ ਬੜਾ ਔਖਾ ਮਜ਼ਮੂਨ ਹੈ ਅੱਜ ਕੱਲ੍ਹ ਦਾ ਫੈਸ਼ਨ ਔਖਾ ਮਜ਼ਮੂਨ ਇਹਨੇ ਫੋਲਾ ਸੁਣਾ ਮੈਂ ਕਿਹਾ ਬਾਬਾ ਜੀ ਹਾਲੇ ਰਾਂਡੇ ਹੋ ਅਸਾਂ ਕੋਈ ਨਹੀਂ ਕਰਨੇ ਸਰ ਮਜ਼ਹਰ ਸਾਹਿਬ ਆ ਕੇ ਕਿਉਂਕਿ ਆਉਣੇ ਕੀ ਨੇ ਉਹਨੇ ਦਰੜ ਬੁੱਝਾ ਮੈਨੂੰ ਮਾਰਾ ਮਰੋ ਨੇ ਕੀ ਨੇ ਕਰਤੇ ਵਾਹ ਬੁੱਝਾ ਮੈਨੂੰ ਠੁਕਵਾ ਨੇ ਚੰਗਾ ਕਰਤੇ ਜਾਣੇ ਇਹ ਦੱਸ ਨਾਵੀਂ ਦੀ ਪਾਸ ਹੈ ਮੈਂ ਕਿਹਾ ਪਾਸ ਹੈ ਪਾਸ ਕਰ ਗਈਆਂ ਜਾਣੇ ਇਤਵਾਰੀ ਦਰਬੂਲੇ ਸੈਂਟਰ ਤੇ ਨਾ ਵੰਨੇ ਮੈਂ ਆਖਾ ਉਹ ਕਿਉਂ ਤੈਨੂੰ ਆਉਂਦੀ ਕਾਸ਼ਨ ਮੈਂ ਆਖਾ ਦੁਆ ਕਰੋ ਜੀ ਹਰ ਸਭਾਈ ਆਉਂਦੀ ਹੈ ਜਾਣੇ ਕੈਮਿਸਟਰੀ ਮੈਂ ਆਖਾ ਸਰ ਜਮਸ਼ੇਦ ਸਾਹਿਬ ਆਉਂਦੇ ਉਹ ਪੜ੍ਹੇ ਕਿਵੇਂ ਸੁਣਦੇ ਗਿਆ ਕਾ ਸਰ ਮੇਰੇ ਕੋਲ ਸੁਣੋ ਨੇ ਮੈਂ ਇਹੋ ਜਵਾਬ ਦਿੱਤੇ ਜੀ ਮਹਿੰਗੇ ਸਾਰੇ ਦਿੱਤੇ ਇੰਨੇ ਰੀਤ ਦਿੱਤੇ ਉਸੇ ਜਾਣੇ ਕਿ ਮਸਲਾ ਹੈ ਮੈਂ ਆਖਾ ਸਰ ਜਮਸ਼ੇਦ ਸਾਹਿਬ ਆਉਂਦੇ ਜਿਹੜੇ ਕਲਾਸ ਵਿੱਚ ਉਹ ਨਹੀਂ ਵੱਧਾ ਹਮੀਦ ਸਾਰੀ ਕਲਾਸ ਵਾਲਾ ਛੂ ਉਹਨੂੰ ਸਿਰਫ ਪ੍ਰਣਾਮ ਤੇ ਲੱਗਾ ਰਹਾਂ ਆਹ ਸਰ ਜੀ ਕਦੂ ਕਰੂਗੇ ਕਦੂ ਕਰੂਗੇ ਕਦੂ ਕਰੂਗੇ ਡਿਪਟੀ ਲਗਾਈ ਮੂੰਹ ਦੀ ਮਜੇ ਘਰ ਤੇ ਪੈ ਰਿਹਾ ਇਨਸ਼ਾਅੱਲਾ
ਇਹ ਬੱਚਾ ਮੇਰੀ ਜ਼ਿੰਦਗੀ ਦੀ ਦਸਤਾਨ ਹੈ ਜਵਾਨੀ ਦੀ ਜੇ ਨਾਲ ਜਵਾਨੀ ਚਾਹੁੰਦਾ ਬੱਚਾ ਓ ਜਮਾਲਾ ਤੇ ਕਮਾਲਾ ਹੱਥਾਂ ਰੱਖੀ ਦੇ ਮੁਕਾਲਾ ਜੀ ਜੀ ਅੱਜ ਤਾਂ ਮੁਰੀਦ ਹੀ ਕਿਹ ਨਹੀਂ ਆਉਂਦੇ ਪੈ ਕੇ ਮਸਲਾ ਹੈ ਆਵੜਾ ਆਵੜਾ ਘੁੱਟੋ ਤਾਂ ਬੈਠੀ ਚੱਲੋ ਹਾਏ ਹਾਏ ਕੋਈ ਨਹੀਂ ਆਉਂਦੇ ਪੈ ਮੁਰੀਦ ਝੂਠੀ ਦਾ ਹਾਂ ਮੁਰੀਦ ਕੀ ਦੁਆ ਦੇ ਪੈ ਮੁਰੀਦ ਆਉਂਦੇ ਪੈ ਬਾਬਾ ਜਿਲੇ ਚ ਬੈਠਾ ਹਾਲ ਚਾਲ ਪੈਸਾ ਪੈਸਾ ਕਿਤਨਾ ਕੋ ਪੈਸਾ ਹਜ਼ਾਰ ਰੁਪਇਆ ਇੱਕ ਤਵੀਜ਼ ਦਾ ਸਾਡੀ ਸਾਂ ਹਜ਼ਾਰ ਤੋਂ ਗੱਲ ਕਰ ਪੀਰ ਨਾਲ ਪੀਰ ਜੀ ਕੋਈ ਤਵੀਜ਼ ਦੇ ਵਾ ਪੈਸਾ ਵਾਲੀ ਸਾਹਮਣੇ ਆਈ ਬੈਠੀ ਹੈ ਹੋਰ ਬੱਚਾ ਕੀ ਪਰੇਸ਼ਾਨੀ ਹੈ ਤੇਰੀ ਬੱਚਾ ਪੀਰ ਜੀ ਮੈਂ ਤਾਂ ਤੁਹਾਡੇ ਮਾਣੀ ਦੇ ਚਰਚੇ ਸੁਣੇ ਨਾ ਅਗਰ ਮੇਰੇ ਇਹ ਕੰਮ ਹੋ ਗਿਆ ਤਾਂ ਮੈਂ ਤਾਂ ਕੁਆਰੀ ਮਾਤ ਲੈ ਸਾ ਪੀਰ ਜੀ ਬਾਬਾ ਤੈਨੂੰ ਤਵੀਜ਼ ਦੇ ਦੇ ਸੀ ਬੱਚਾ ਠੀਕ ਹੈ ਜੀ ਤੇ ਤਵੀਜ਼ ਉਸਦਾ ਇੱਕ ਤਵੀਜ਼ ਉਸਤਾਦ ਅਜ਼ਰ ਦੇ ਖੱਬੇ ਦੌਲੇ ਨਾਲ ਬੰਨ ਦੇਣਾ ਬੱਚਾ ਠੀਕ ਹੈ ਜੀ ਦੂਜਾ ਤਵੀਜ਼ ਉਸਤਾਦ ਮਜ਼ਹਬ ਦੀ ਖੱਬੀ ਲੱਤ ਦੇ ਖੱਬੇ ਗੋਲ ਨਾਲ ਬੰਨਣਾ ਬੱਚਾ ਠੀਕ ਹੈ ਜੀ ਓਕੇ ਇਨਸ਼ਾਅੱਲਾ ਉਸਤਾਦ ਮਜ਼ਹਬ ਤੇ ਅਜ਼ਰ ਆਸਨ ਜੀ ਹਸਤੇ ਆਸਨ ਤੇ ਰੂੰਦੇ ਵੈਸਨ ਕਰਾ ਦਿੱਤੇ ਬੱਚਾ ਠੀਕ ਹੈ ਜੀ ਅੱਲਾ ਵਾਸਤੇ ਇਹੋ ਜਿਹਾ ਤਵੀਜ਼ ਲਿਓ ਕਿ ਜਿਹੜੇ ਆਖਰੀ ਦੀ ਹੱਸਦੇ ਹੱਸਦੇ ਉਦਾਰ ਤੇ ਹੋਰ ਟੈਨਸ਼ਨ ਨਾ ਗਿਣਿਆ ਤੁਹਾਨੂੰ ਮੈਂ ਕੱਭਣ ਗਾਂ ਦੇ ਚੁੱਪ ਕਰਨਾ ਖੇਤਰਾਂ ਨੇ ਕੁੱਤਰਾਂ
انشاءاللہ نو حل کرتے پیو آ رہے نا بچا تاکہ مشکلاں حل ہو گئے او غار کو وہ تو با ہو کنڈا ڈی بنا تے پایا کا شدتی مہینے کی کا ہے نا چلو گھاٹ